आज गुरुद्वारा लाजपत नगर में पांचवें गुरु अर्जुन देव जी के पुत्र गुरु हरगोबिंद सिंह जी का प्रकाश पर्व बड़े हर्षोल्लास के साथ मनाया गया। हर वर्ष की भांति इस वर्ष भी सात संगत के द्वारा मिसी प्रसाद दही की लस्सी का प्रसाद बरताया गया। इस अवसर पर भाई सज्जन सिंह मुरादनगर वाले ज्ञानी हरजीत सिंह, सुरजीत सिंह, करतार सिंह, हरपाल सिंह गांधी सभी सात संगत व गुरुद्वारा कमेटी के सदस्य उपस्थित रहे। देखिए खास रिपोर्ट कानपुर से। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਹਮ ਸਾਰੇ ਗੁਰਦੁਆਰਾ ਲਾਜਪਤ ਨਗਰ ਮੇ, ਜੋ ਕਿ ਹਰ ਸਾਲ ਕੀ ਤਰ੍ਹਾਂ ਗੁਰਦੁਆਰਾ ਕਮੇਟੀ ਸਾਰੀ ਸੰਗਤ ਮਿਲ ਕਰਕੇ ਉਪਰਾਲਾ ਕਰਦੇ ਹੈ, ਜੋ ਕਿ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨਕੀ ਬੇਟੇ ਗੁਰੂ ਹਰਗੋਬਿੰਦ ਸਾਹਿਬ ਕਾ ਪ੍ਰਕਾਸ਼ ਹੁਆ। ਕਿਉਂਕਿ ਗੁਰੂ ਸਾਹਿਬ ਕੀ ਚਲਾਈ ਹੋਈ ਮਰਿਆਦਾ ਕਿ ਗੁਰੂ ਕੇ ਦਰ ਪੇ ਆ ਕੇ ਜੋ ਵੀ ਮੰਗਣਾ ਹੈ ਉਹ ਅਰਦਾਸ ਕਰਕੇ ਮੰਗਣਾ ਹੈ, ਉਹੀ ਮਰਿਆਦਾ ਪੂਰੀ ਗੁਰੂ ਅਰਜਨ ਦੇਵ ਜੀ ਨੇ ਨਿਭਾਈ। ਬਾਬਾ ਬੁੱਢਾ ਸਾਹਿਬ ਸੇ ਅਰਦਾਸ ਕਰਵਾ ਕਰਕੇ ਇਹ ਬੱਚੇ ਕੀ ਦਾਤ ਜੋ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਰਾਏ ਜੋ ਉਹਨਾਂ ਦਾ ਪ੍ਰਕਾਸ਼ ਹੁਆ ਉਸਕੋ ਮੁੱਖ ਰੱਖਦੇ ਹੋਏ ਹਰ ਸਾਲ ਇਹ ਉਪਾ ਜੋ ਦਿਹਾੜਾ ਹੈ ਮਨਾਇਆ ਜਾਤਾ ਹੈ। ਸਾਰੀ ਸੰਗਤ ਇਸਮੇ ਸਹਿਯੋਗ ਕਰਦੀ ਹੈ, ਘਰ ਸੇ ਮਿੱਸੇ ਪ੍ਰਸ਼ਾਦੇ ਬਣਾ ਕੇ ਲਿਆਤੀ ਹੈ, ਦਹੀਂ ਕੀ ਰੱਸੀ ਰਿੜਕ ਕੇ ਲਿਆ ਕੇ ਆਤੀ ਹੈ ਔਰ ਸਾਥ ਮੇ ਕੱਚਾ ਅਚਾਰ ਹੋਤਾ ਹੈ। ਕਿਉਂਕਿ ਜਬ ਗੁਰੂ ਅਰਜਨ ਦੇਵ ਜੀ ਕੇ ਮਹਿਲ ਮਾਤਾ ਗੰਗਾ ਜੀ ਅਰਦਾਸ ਕਰਾਣੇ ਕੇ ਲਈ ਗਏ ਥੇ ਤੋ ਬਾਬਾ ਬੁੱਢਾ ਜੀ ਕੇ ਲੀਏ ਵੀ ਯਹੀ ਜੋ ਲੰਗਰ ਹੈ ਤਿਆਰ ਕਰਕੇ ਲੈ ਗਏ ਥੇ, ਮਿੱਸੇ ਪ੍ਰਸ਼ਾਦੇ ਔਰ ਦਹੀਂ ਕੀ ਲੱਸੀ ਔਰ ਪਿਆਜ਼। ਜਦੋਂ ਬਾਬਾ ਬੁੱਢਾ ਸਾਹਿਬ ਨੇ ਉਸ ਪਿਆਜ਼ ਕੋ ਤੋੜਤੇ ਹੋਏ ਮਾਤਾ ਜੀ ਕੋ ਵਰ ਦਿਆ ਥਾ ਕਿ ਆਪਕੇ ਘਰ ਐਸਾ ਜੋਧਾ ਪ੍ਰਗਟ ਹੋਗਾ ਜੋ ਜਾਲਮੋ ਕਾ ਸਿਰ ਇਸ ਤਰੀਕੇ ਸੇ ਬੰਧੇਗਾ। ਸੋ ਹਮ ਸਾਰੇ ਹੀ ਰਲ ਮਿਲ ਕੇ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਇਹ ਦਿਹਾੜਾ ਮਨਾ ਰਹੇ ਹੈ। ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਮੀਰੀ ਪੀਰੀ ਕੀ ਦੋ ਤਲਵਾਰੇ ਧਾਰਨ ਕਰਕੇ ਹਮੇ ਸਮਝਾਇਆ ਕਿ ਜਹਾਂ ਗੁਰੂ ਕੀ ਬਾਣੀ ਸੇ ਜੁੜਨਾ ਹੈ ਵਹਾਂ ਸੰਤ ਸਿਪਾਹੀ ਬਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਮਾਜ ਕੀ ਰੱਖਿਆ ਕੇ ਲੀਏ ਹੈ। ਸੋ ਸਾਰੀ ਸੰਗਤ ਕੋ ਲੱਖ ਲੱਖ ਵਧਾਈ ਹੋਏ। ਇੱਥੇ ਹੀ ਸ਼ਬਦਾਂ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।